ਅੰਮ੍ਰਿਤਸਰ ਵਿੱਚ ਬੱਚਾ ਨਾ ਹੋਣ ਤੋਂ ਦੁਖੀ ਇੱਕ ਆਈਲੈਟਸ ਟੀਚਰ ਵੱਲੋਂ ਫਾਹਰ ਲਾ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨੂੰ ਬੱਚਾ ਨਾ ਹੋਣ ਕਰਕੇ ਕਾਫੀ ਦੇਰ ਤੋਂ ਪਰੇਸ਼ਾਨ ਰਹਿੰਦੀ ਸੀ ਅਤੇ ਅਖੀਰ ਵਿੱਚ ਉਸਨੇ ਇਹ ਕਦਮ ਚੁੱਕਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਪ੍ਰੀਤ ਦਾ ਵਿਆਹ 2 ਸਾਲ ਪਹਿਲਾਂ ਹੋਇਆ ਅਤੇ ਉਹ ਆਈਲੈਟਸ ਟੀਚਰ ਸੀ। ਉਹਨਾਂ ਦੱਸਿਆ ਕਿ ਪਰਿਵਾਰ ਮੁਤਾਬਿਕ ਉਕਤ ਔਰਤ ਨੂੰ ਬੱਚਾ ਨਾ ਹੋਣ ਕਾਰਨ ਕਾਫੀ ਪਰੇਸ਼ਾਨ ਰਹਿੰਦੀ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਅੱਜ ਉਸਨੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹਨਾਂ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਕਰਕੇ ਉਹ ਪਰੇਸ਼ਾਨ ਸੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਸੀ। ਇਹ ਵੈਬ 'ਚ ਟੀਚਿੰਗ ਕਲਾਸਿਸ ਲਾਉਂਦੀ ਆਈਲੈਟਸ 2 ਸਾਲ ਕੁਝ ਸਮਥਿੰਗ ਹੋਇਆ। ਲੜਕਾ ਕੀ ਕੰਮ ਕਰਦਾ ਸੀ? ਲੜਕਾ ਹਾਲ ਬਾਜ਼ਾਰ ਘੜੀਆਂ ਦੀ ਦੁਕਾਨ। ਕਿਸ ਤਰ੍ਹਾਂ ਇਹਨੇ ਆਤਮ ਹੱਤਿਆ ਕੀਤੀ? ਇਹਨੇ ਹੈਂਗਿੰਗ ਕੀਤੀ। ਠੀਕ ਕਾਰਵਾਈ 174C ਤਹਿਤ ਕਰ ਰਹੇ। ਠੀਕ ਅਤੇ ਇਨਵੈਸਟੀਗੇਸ਼ਨ ਜਾਰੀ। ਫੋਟੋ ਕੋਈ ਨਹੀਂ।